ਜਿਸਾਂ ਅੰਗਰੇਜ਼ੀ ਜੋ ਲੈਸਨ ਨੰਬਰ 1 ਸਿੱਖਨਾ ਸੀ ਹੀ ਮੇਂਜੇ ਦੋਸਤ ਜੋ ਕਿਤਾਬ ਆਹੇ ਅਣ ਹਣ ਜਮਲੇ ਕੇ ਅੰਗਰੇਜ਼ੀ ਮੇ ਟ੍ਰਾਂਸਲੇਟ ਕਰੇ ਇਹ ਅਪੋਸਟ੍ਰੋਫੀ ਮੇ ਲਿਖਣ ਜਲਾਈ ਅਸਾਂ ਜਮਲੋ ਹਿਉ ਠਾਹਦਾ ਸੀ दिस इज़ my फ्रेंड्स बुक हाणे हीअ जेका अपास्ट्राफी आहे जेका सिंधीअ में पेश जहिड़ी हूंदी आहे हीअ तव्हां अपास्ट्राफी ॾिसो पिया जेके असां सिंधीअ में पेश वांगुरु लिखंदा आहियूं दिस दिस मना ही हीअ दिस आहे हीअ इशारो करे थो वेझी शइ इशारो करे थो this is my friends book ਇਹ ਮੇਂਜੇ ਦੋਸਤ ਜੋ ਕਿਤਾਬ ਹੈ ਅਣੀ ਇਹ ਅਪੋਸਟ੍ਰੋਫੀ ਹਿੱਤੇ ਕਿਹੜੋ ਕੰਮ ਕਰਦੀ ਥੀ ਉਹ ਅਪੋਸਟ੍ਰੋਫੀ ਜਾਂ ਵੀ ਆਪੀ ਕਾਫੀ ਸਾਰ ਇੱਕ ਸਾਰਾ ਕਮ ਮਹੀਂ ਅਹੀਂ ਅਪੋਸਟ੍ਰੋਫੀ ਦਾ ਵੀ ਆਪੀ ਕਿਤਰਾ ਹੀ ਕਮ ਮਹੀਂ ਪਰ ਹਿੱਤੇ ਹੀ ਅਪੋਸਟ੍ਰੋਫੀ कंहिंजी मिल्कियत ॾेखारण जे लाइ इस्तेमालु थींदी आहे हीउ मुंहिंजे दोस्त जो किताबु आहे दोस्त जो दोस्त जो किताबु त जंहिंजी बि का शइ हूंदी आहे असां उनखे अपास हणंदा आहियूं ईअं न त असां किताब खे अपास लॻाईंदासीं पर दोस्त जो किताबु आहे उनजे करे दोस्तनि जो मालिक आहे हुन किताब जो उन करे असां हुते अपास लॻाईंदासीं ਅਈ ਦੋਸਤ ਵੀ ਦੱਸਣਾ ਪਉਂਦੋ ਤੇ ਹਕੜੋ ਹੈ ਜਾਂ ਵਧਿਕ ਹੈ ਪਰ ਹਤੇ ਹਕੜੋ ਦੋਸਤ ਹੈ ਉਹਨਾਂ ਜੇ ਕਰੇ ਫਰੈਂਡ ਆਮ ਤੌਰ ਤੇ ਜੀ ਪਾ ਲਿਖਦਾ ਹਾਂ ਫ ਆਰ ਆਈ ਈ ਐਨ ਡੀ ਫਰੈਂਡ ਉਹ ਐਸ ਅਸਾਨੀ ਦਾ ਸੀ ਉਹਨਾਂ ਖਾ ਪੋਏ ਡੀ ਐਂਡ ਐਸ ਦੇ ਵਿੱਚ ਮੈਂ ਅਸਾ ਅਪੋਸਟ੍ਰੋਫੀ ਦਿੰਦਾ ਸੀ ਐਂ ਪੋਏ ਬੁੱਕ ਲਿਖਦਾ ਸੀ ਬੁੱਕ ਮਨਾ ਕਿਤਾਬ ਐਂ ਪੋਏ ਫੁੱਲ ਸਟਾਪ ਦਿੰਦਾ ਸੀ ਪਰ ਜੇਕਰ ਦੋਸਤ ਇੱਕ ਖਾਂ ਵਧੇਕ ਹੋਜਣ ਬਹ ਹੋਜਣ ਜਾਂ ਟ੍ਰੇ ਹੋਜਣ ਜਾਂ ਅਨਿਆਬ ਵਧੇਕ ਦੋਸਤ ਹੋਜਣ ਯਾਨੀ ਉਹ ਪਲੂਰਲ ਹੋਜਣ ਤਾਂ ਪੋਹਨ ਜੁਮਲੇ ਕੇ ਅਸਾਂ ਕੀ ਲਿਖਦਾ ਸੀ ਮਿਸਾਲ ਹੀ ਜੁਮਲਾ ਹੈ ਹੀ ਮੇਂਜੇ ਦੋਸਤਨ ਜੋ ਕਿਤਾਬ ਹੈ ਥਿਸ ਇਜ਼ ਮਾਈ ਫਰੈਂਡਸ ਬੁੱਕ ਚੌਣੇ ਮੇ ਤੋ ਬਿਲਕੁਲ ਜੁਮਲਾ ਸਾਗਿਓ ਹੈ ਪਰ ਇੱਥੇ ਹੀ ਜਿਹੜਾ ਐਸ ਲੱਗੂ ਹੈ ਉਹ ਫਰੈਂਡ ਉਹ ਫਰੈਂਡ ਮਾ ਫਰੈਂਡ ਸਟੈਂਡ ਲੱਗੂ ਹੈ ਯਾਨੀ ਦੋਸਤ ਮਾ ਦੋਸਤਨ ਯਾਨੀ ਉਹਨਾਂ ਕੇ ਜਮੇ ਠਹਿਣ ਲਾਏ ਐਸ ਲੱਗੂ ਹੈ ਤਾਂ ਪੋਇ ਜਿਹੜਾ ਅਸਾਂ ਪੇਸ਼ ਪਹਿਰੀ ਜਿਹੜਾ ਇੱਕੜੋ ਦੋਸਤੋ ਤਾਂ ਉਹ ਅਸਾਂ ਟੀ ਐਸ ਦੇ ਵਿੱਚ ਮੈਂ ਨੂੰ ਹੋ ਹਨ ਅਸਾਂ ਐਸ ਦੇ ਆਖਰ ਮੇਂ ਨਹੀਂ ਦਾ ਸੀ ਮੱਥੀ ਸਾਈਡ ਤੇ ਆਖਰ ਮੇਂ ਨਹੀਂ ਦਾ ਸੀ ਤਾਂ ਦਿਸ ਇਜ਼ ਮਾਈ फ्रेंड्स बुक ई मुंहिंजे दोस्तनि जो किताब आहे त पहिरीं जेकॾहिं हिकिड़ो दोस्त आहे त हीअ जेको पेश आहे या अफ़ास ट्रॉफ़ी आहे उहा डी ऐं एस जे विच में ईंदी पर दोस्तनि यानी दोस्त जज़ा थी विया उनजे करे असांखे एस ॾियणो पियो दोस्तनि यानी वधीक दोस्तनि जे ਤੋਂ ਉਹਨਾਂ ਖਾ ਕੋਈ ਅਸੀਂ ਅਪੋਸਟ੍ਰੋਫੀ ਲਗਾਉਂਦਾ ਸੀ ਪਰ ਕਿ ਅੰਗਰੇਜ਼ੀ ਵਿੱਚ ਲਫ਼ਜ਼ ਇਹੜਾ ਹਿੰ ਜਿਨ ਮੇ ਜਿਨ ਕੇ ਜਮੇ ਠਾਣ ਦੇ ਲਈ ਇਸ ਚੋ ਇਸਤੇਮਾਲ ਕਰਨੋਂ ਮਤੋ ਪਵੇ ਜੇ ਤਮਾਂ ਹੀ ਜਮਲਾ ਦਸੋ ਇਹ ਔਰਤਨ ਜੋ ਥੈਲੋ ਆਹੇ ਥਿਸ ਇਜ਼ ਊਮੈਨਸ ਬੈਗ ਅਣੇ ਇੱਥੇ ਜੇਕਰ ਇਹ ਰੱਖਦਾ ਸੀ ਤਾਂ ਇੱਕ ਔਰਤ ਥੀ ਹੋਈ ਦੀ ਪਰ ਇੱਥੇ ਇਹ ਰੱਖਣ ਸਾ ਉਹਨੇ ਉਹ ਪਲੂਰਲ ਥੀ ਹੋ ਯਾਨੀ ਜਮੇ ਥੀ ਹੋ ਤਾਂ ਉਹਨੇ ਜੇਕਰ ਅਸਾਂ ਇਸ ਲਗਾਏ ਅਈ ਇਹ ਨਹੀਂ ਇਸ ਦੇ ਵਿੱਚ ਵੀ ਅਪੋਸਟ੍ਰੋਫੀ ਲਿੰਦਾ ਸੀ ਅਈ ਹਾਲਾਂਕਿ ਹੀ ਔਰਤਨ ਔਰਤੂ ਜੱਜੂ ਹਨ ਪਰ ਇਸ ਜਿਕੋ ਆਹੇ ਉਹ ਸਿਰਫ ਅਪੋਸਟ੍ਰੋਫੀ ਲਈ ਇਸਤੇਮਾਲ ਥਿਓ ਆਹੇ ਤੋ ਇਸ ਜੇ ਪੋਇਆ ਸਾ ਅਪੋਸਟ੍ਰੋਫੀ ਲਗੈਂਦਾ ਸੀ ਜੇ ਤ ਔਰਤ ਮਾ ਔਰਤੋਂ ਠਾਣ ਜਲਾਏ ਯਾਨੀ ਉਹਨੇ ਕਿ ਪਲੂਰਲ ਬਣਾਣ ਜਲਾਏ ਇਸ ਇਸਤੇਮਾਲ ਨਾ ਥਿਓ ਆਹੇ ਤੋ ਉਹਨੇ ਜੇ ਕਰੇ ਅਸਾਂ ਅਪੋਸਟ੍ਰੋਫੀ ਇਸ ਤੇ ਪੋਇਆ ਲਗੈਂਦਾ ਸੀ ਕੀ ਮੁਝੇ ਕੁਰਸੀ ਜੀ ਟੰਗਾ ਹੈ

त तो दिस इज मा चेयर्स लेक उन बद लिखासी दिस इज लेक ऑफ माय चेयर ये मुझे कुर्स की टंगाल ये मुझे घर की चाबी है दिस इज की ऑफ माय हाउस तो ये को लिखासी तो दिस इज माय हाउस इज की यो गलत थो ਵਰੀ ਮਿਲੂ ਤੁਹਾਡੇ ਨਵੇਂ ਵੀਡੀਓ ਸਗਤ ਇਸ ਤਾਈਂ ਇਜਾਜ਼ਤ ਸਿੱਖਦਾ ਰਹੋ ਅਈ ਬਿਨ ਕੇ ਸਿੱਖਦਾ ਰਹੋ ਵੀਡੀਓ ਦਸਣ ਲਈ ਤੁਹਾਾਂ ਦੀ ਮਿਹਰਬਾਨੀ